ਪਲੀਜ਼ ਲਾਈਵ ਜੁੜ ਜਾਓ ਵੀਰੇ ਯਾਰ, ਜਿੰਨੇ ਜਣੇ ਲਾਈਵ 'ਤੇ ਆ ਸਕਦੇ ਆ ਜਾਓ, ਮੇਰਾ ਫੋਨ ਬੰਦ ਹੋਣ ਵਾਲਾ, ਛੇਤੀ ਲਾਈਵ ਆ ਜਾਓ। ਮੇਰੀ ਵੀਡੀਓ ਸ਼ੇਅਰ ਕਰੋ, ਮੇਰੀ ਵੀਡੀਓ ਸ਼ੇਅਰ ਕਰੋ। ਮੈਂ 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ। ਵੀਰੇ ਮੈਂ 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ। 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ 2:10 ਵਾਲੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗ ਗਈ, ਮੈਂ ਪੌੜੀ ਤੋਂ ਡਿੱਗਿਆ ਵੀਰੇ। ਮੇਰੇ ਬਾਂਹ ਦੇ ਟੋਟੇ ਹੋ ਗਏ, ਮੇਰੀ ਬਾਂਹ ਟੁੱਟ ਗਈ। ਮੇਰੀ ਬਾਂਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ, ਪਰ ਇਹਨਾਂ ਤੋਂ ਇਲਾਜ ਨਹੀਂ ਸਹੀ ਹੋ ਰਿਹਾ। ਮੈਂ ਕਰੋਸ਼ੀਆ ਦੇ ਵਿੱਚ ਹਾਂ, ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਬ ਆ, ਜਿੱਦਾਂ ਸਾਨੂੰ ਹੁਸ਼ਿਆਰਪੁਰ ਪੰਜਾਬ ਲੱਗਦਾ ਉੱਦਾਂ ਇਹਨਾਂ ਨੂੰ ਕਾਰਲਵਾਸ ਸਿਟੀ ਲੱਗਦੀ। ਮੈਨੂੰ ਕਾਰਲਵਾਸ ਸਿਟੀ ਦੇ ਵਿੱਚ ਹੋਸਪਿਟਲ ਦੇ ਵਿੱਚ ਰੱਖਿਆ ਹੋਇਆ। ਪਲੀਜ਼ ਮੈਨੂੰ ਇੱਥੋਂ ਕੱਢ ਲਓ, ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ, ਪਰ ਕਿਤੇ ਸੁਣਵਾਈ ਨਹੀਂ ਹੁੰਦੀ ਪਈ, ਕਿਤੇ ਸੁਣਵਾਈ ਨਹੀਂ ਹੁੰਦੀ ਪਈ। ਮੈਂ ਆਪ ਵੀ ਇੱਥੋਂ ਨੰਬਰ ਲੱਭ ਲੱਗ ਭਗਵੰਤ ਮਾਨ ਦੇ ਵੀ ਦੇਖ ਲਿਆ, ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗੌਰਮੈਂਟ ਵਾਲੇ ਪੇਜ 'ਤੇ, ਮੇਰੀ ਸੁਣਵਾਈ ਨਹੀਂ ਹੁੰਦੀ ਪਈ ਵੀਰੇ। ਮੈਨੂੰ ਇੰਡੀਆ ਸੱਦ ਲਓ ਵੀਰੇ ਯਾਰ, ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ। ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਮੇਰਾ ਖੂਨ ਰੋਜ਼ ਹੀ ਮੇਰਾ ਖੂਨ ਵਗਦਾ, ਘੰਟੇ ਘੰਟੇ ਬਾਅਦ ਮੇਰਾ ਇੰਨਾ ਖੂਨ ਵਗਦਾ। ਚਾਰ ਬੋਤਲਾਂ ਰੋਜ਼ ਚੜ੍ਹਦੀਆਂ, ਚਾਰ ਬੋਤਲਾਂ ਮੇਰੀਆਂ ਰੋਜ਼ ਉੱਤਰ ਜਾਂਦੀਆਂ, ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ। ਮੈਂ ਪਤਾ ਨਹੀਂ ਵੀਰੇ ਕਿੱਦਾਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਹਾ, ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਲਈ ਦੁਆ ਫਰਿਆਦ ਕਰ ਲਓ। ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਮੈਂ ਇੱਥੇ ਵੀ ਬਹੁਤ ਜਾਣਿਆਂ ਨਾਲ ਖੜਿਆ, ਮੈਂ ਇੰਡੀਆ 'ਚ ਵੀ ਬਹੁਤ ਜਾਣਿਆਂ ਨਾਲ ਖੜਿਆ। ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ, ਪਰ ਮੈਨੂੰ ਹੁਣ ਕਹਿਣਾ ਪੈਂਦਾ, ਮੇਰਾ ਕੋਈ ਨਹੀਂ ਖੜਿਆ, ਮੇਰਾ ਕੋਈ ਨਹੀਂ ਖੜਿਆ ਵੀਰੇ। ਮੇਰੀ ਸਰਕਾਰ ਨੂੰ ਇੱਕੋ ਹੀ ਬੇਨਤੀ ਆ, ਮੈਨੂੰ ਇੱਥੋਂ ਕੱਢ ਲਓ। ਮੇਰੀ ਵੀਡੀਓ ਜਿੱਥੇ ਤੱਕ ਪੰਜਾਬ ਹੁੰਦੀ ਪੰਜਾਬ ਮੋਦੀ ਨੂੰ ਕਹਿ ਦਿਓ, ਮੋਦੀ ਨੇ ਹੀ ਹੱਲ ਕਰਨਾ, ਕੋਈ ਕਰਨਾ ਤਾਂ ਜਾਂ ਭਗਵੰਤ ਮਾਨ ਨਹੀਂ ਕਰਨਾ। ਮੈਨੂੰ ਕੱਢ ਲਓ, ਮੇਰਾ ਇਲਾਜ ਕਰਾ ਦਿਓ PGI। ਮੈਂ ਆਇਆ ਵੀ 3-4 ਮਹੀਨੇ ਹੀ ਹੋਏ ਸੀਗੇ, ਮੈਂ ਆਇਆ ਹੀ ਹੁਣ ਸੀਗਾ। ਕੰਮ ਮੇਰਾ ਬੜਾ ਥੋੜ੍ਹਾ ਸੈੱਟ ਸੀ, ਤਨਖਾਹ ਵੀ ਠੀਕ ਸੀ, ਪਰ ਮੇਰੇ ਸੱਟਾਂ ਲੱਗ ਗਈ, ਮੇਰਾ ਸਾਰਾ ਸਿਸਟਮ ਖਰਾਬ ਹੋ ਗਿਆ ਯਾਰ ਵੀਰੇ, ਮੈਨੂੰ ਸੱਦ ਲਓ ਯਾਰ। ਮੇਰੇ ਘਰਦਿਆਂ ਦਾ ਰੋ ਰੋ ਬੁਰਾ ਹਾਲ ਆ, ਮੇਰੇ ਘਰਦਿਆਂ ਨੂੰ ਸਾਂਭ ਲਓ, ਜਿਹੜੇ ਮੇਰੇ ਘਰ ਦੇ ਉੱਥੇ ਕੋਲ ਆ, ਮੇਰੇ ਜਿਹੜੇ ਘਰ ਦੇ ਉੱਥੇ ਕੋਲ ਆ, ਮੈਨੂੰ ਸਾਂਭ ਲਓ ਮੇਰੇ ਘਰਦਿਆਂ ਨੂੰ ਉੱਥੇ। ਮੇਰਾ ਤਾਂ ਹੈ ਹੀ ਹੈ ਬੁਰਾ ਹਾਲ, ਉਹਨਾਂ ਦਾ ਵੀ ਬੁਰਾ ਹਾਲ ਹੋਇਆ ਪਿਆ। ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰਦੇ ਨਾ ਕਰਨ, ਮੇਰਾ ਬੁਰਾ ਹਾਲ ਆ ਵੀਰੇ, ਮੈਨੂੰ ਕੱਢ ਲਓ ਇੱਥੋਂ, ਮੈਨੂੰ ਕੱਢ ਲਓ ਯਾਰ। ਮੈਸੇਜ ਮੈਨੂੰ ਭੇਜਦੀ ਨਹੀਂ ਵੀਰੇ, ਆਹ ਵੀਡੀਓ ਮੇਰੀ ਸ਼ੇਅਰ ਕਰ ਦਿਓ ਜਿੱਥੇ ਤੱਕ ਕਰ ਹੁੰਦੀ ਵੀਰੇ। ਹੱਥ ਜੋੜ ਕੇ ਬੇਨਤੀ ਆ, ਹੱਥ ਤਾਂ ਮੇਰੇ ਜੁੜਦੇ ਨਹੀਂ, ਆਹ ਹੱਥ ਮੇਰਾ ਚੱਲਦਾ, ਇਹਨਾਂ ਨੇ ਉਹ ਵੀ ਨਹੀਂ ਚੱਲਣ ਯੋਗ ਰਹਿਣ ਦੇਣਾ, ਆਹ ਹੱਥ ਹਲੇ ਮੇਰਾ ਮਾੜਾ ਮਾੜਾ ਚੱਲਦਾ, ਮੇਰੇ ਪਲੇਟਾਂ ਪਾਈਆਂ ਇਹਨਾਂ ਨੇ, ਮੇਰਾ ਖੂਨ ਰੋਜ਼ ਹੀ ਵਗਦਾ ਨਾ, ਨਾ ਕੇਅਰ ਕਰਦੇ ਵੀਰੇ ਨਾ ਕੁਛ। ਡਾਕਟਰ ਆਉਂਦਾ ਆਪਰੇਸ਼ਨ ਕਰਦਾ, ਚਲ ਜਾਂਦਾ ਆਪਰੇਸ਼ਨ ਕਰ, ਕੁੱਤੇ ਵਾਂਗੂ ਸਿੱਟ ਕੇ ਚਲ ਜਾਂਦਾ, ਕੁੱਤੇ ਵਾਂਗੂ ਸਿੱਟ ਕੇ ਚਲ ਜਾਂਦਾ ਆਪਰੇਸ਼ਨ ਕਰਕੇ। ਹਾਂ ਮੈਂ ਵੀਡੀਓ ਫਿਨਿਸ਼ ਲੱਗਾ ਕਰਨਾ ਪੰਜਾਬ ਦੀ ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੰਡੀਆ ਆ ਕੇ ਸਭ ਦਾ ਦੇਖ ਲਊਂਗਾ ਵੀਰੇ, ਮੈਂ ਮੈਨੂੰ ਬਸ ਇੰਡੀਆ ਸੱਦ ਲਓ ਵੀਰੇ, ਮੈਨੂੰ ਇੰਡੀਆ ਸੱਦ ਲਓ।
ਮੈਂ ਇੱਥੇ ਵੀ ਮਿੰਡੇ ਹੈਗੇ ਮੇਰੇ ਯਾਰ ਦੋਸਤ, ਪਰ ਉਹ ਵੀ ਬਾਹਰ ਲਾਟ ਮੇਰੇ ਤੋਂ ਆ ਕੇ ਬਹਿੰਦੇ ਹੁੰਦੇ ਸੀਗੇ ਮੇਰੇ ਤੋਂ ਰਾਤ ਵੀ ਜਿੱਦਾਂ 10-2 ਘੰਟੇ ਰਹੇ ਆ ਉਹਨਾਂ ਨੇ, ਉਹਨਾਂ ਦੇ ਵੀ ਮਾਲਕ ਉਹਨਾਂ ਨੂੰ ਛੁੱਟੀਆਂ ਨਹੀਂ ਦਿੰਦੇ, ਉਹ ਵੀ ਵਿਚਾਰੇ ਚੰਗੇ ਆ, ਪਰ ਇੱਥੇ ਕੋਈ ਨਹੀਂ ਬਾਂਹ ਪੁੱਛਦਾ ਵੀਰੇ, ਇੱਥੇ ਕੋਈ ਨਹੀਂ ਬਾਤ ਪੁੱਛਦਾ। ਪ੍ਰਦੇਸ਼ ਬੜੇ ਔਖੇ ਕੱਟਣੇ, ਬਹੁਤ ਔਖੇ ਕੱਟਣੇ ਪ੍ਰਦੇਸ਼ ਹੋਣ ਦਾ ਇੱਕ ਲਾਲਚ ਸੀਗਾ ਕਿ ਘਰੋਂ ਗਰੀਬੀ ਕੱਢਣੀ ਆ, ਗਰੀਬੀ ਕੱਢਣ ਆਏ ਸੀ ਜੀ, ਗਰੀਬੀ ਦੇ ਮੇਰੀ ਦੇ ਤਾ, ਗਰੀਬੀ ਦੇ ਬਾਹ ਦੌੜ ਕੇ ਰੱਖਤੀ ਮੇਰੀ, ਮੇਰੀ ਹੈਲਪ ਕਰ ਦਿਓ ਮੇਰਾ ਭਰਾ ਬਸ ਯਾਰ, ਮੇਰੀਆਂ ਭੈਣਾਂ ਜਿੰਨੀਆਂ ਦੇਖਦੀਆਂ ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਮੇਰੀਆਂ ਮਾਵਾਂ ਜਿੰਨੀਆਂ ਦੇਖਦੀਆਂ ਮੇਰੀ ਹੈਲਪ ਕਰ ਦਿਓ, ਮੈਂ ਵੀਡੀਓ ਸ਼ੇਅਰ ਲੱਗਾ ਕਰ, ਪਲੀਜ਼ ਹੈਲਪ ਕਰ ਦਿਓ, ਮੇਰੇ ਲਈ ਦੁਆ ਫਰਿਆਦ ਕਰਿਓ ਕਿ ਮੇਰਾ ਹੱਥ ਮੋੜ ਕੇ ਚੱਲ ਪਵੇ। ਮੈਂ ਇੰਡੀਆ 'ਚ ਨਾਈਆਂ ਦਾ ਕੰਮ ਕਰਦਾ ਸੀ, 5 ਸਾਲ ਮੈਂ ਨਾਈਆਂ ਦਾ ਕੰਮ ਕੀਤਾ, ਇੱਕ ਘਰ ਦੀ ਗਰੀਬੀ ਕੱਢਣ ਦੇ ਕਰਕੇ ਮੈਂ ਬਾਹਰ ਆਇਆ ਸੀਗਾ, ਪਰ ਗਰੀਬੀ ਤਾਂ ਚਲੋ ਮੈਂ ਕੱਢ ਦੇਣੀ ਸੀਗੀ, 1-2 ਸਾਲ ਲੱਗ ਜਾਣਾ ਸੀ, ਮੇਰਾ ਕਰਜ਼ਾ ਕੁਰਜ਼ਾ ਉੱਤਰ ਜਾਣਾ ਸੀਗਾ, ਪਰ ਮੇਰਾ ਏਜੰਟ ਗੁਰਦੀਪ ਸਿੰਘ ਨਾਲ ਨਕੋਦਰ ਦਾ ਮੈਨੂੰ ਕਹਿੰਦਾ ਸੀ ਤੂੰ ਫੋਰਕ ਲਿਫਟ ਚਲਾਏਗਾ, ਪਰ ਉਹਨੇ ਮੈਨੂੰ ਕੂੜੇ ਦੀ ਫੈਕਟਰੀ 'ਚ ਵਾੜਿਆ। ਇੱਥੇ ਗੁਰਦੀਪ ਸਿੰਘ ਨਾਲ ਬਹੁਤ ਏਜੰਟ ਆ, ਮੇਰੇ ਤੋਂ ਉਹਦੀਆਂ ਫੋਟੋਆਂ ਵੀ ਪਈਆਂ, ਵੀਡੀਓ ਵੀ ਪਈਆਂ ਮੇਰੇ ਤੋਂ, ਉਹਦੇ ਥਰੂ ਕੋਈ ਨਾ ਆਇਓ, ਉਹਨੇ ਮੇਰੇ ਪੈਸੇ ਬਹੁਤ ਮਾਰੇ, ਮੇਰਾ ਮੇਰੇ ਤੋਂ 8-9 ਲੱਖ ਰੁਪਇਆ ਲੈ ਲਿਆ ਉਹਨੇ, ਮੇਰੇ ਭਰਾ ਦਾ ਵੀ ਫੇਕ ਵਰਕ ਪਰਮਿਟ ਕਢਾਇਆ ਸੀ ਉਹਨੇ, ਹੁਣ ਫੇਰ ਸਾਤੋਂ ਮੈਂ ਉੱਥੋਂ 50,000 ਰੁਪਇਆ ਮੰਡਾਇਆ ਉਹਦਾ, ਪਹਿਲਾਂ ਦਿੱਤਾ ਸੀ, ਮੈਂ ਕਿਹਾ ਨਾ ਵੀ ਤੂੰ ਫਸ ਜਾਣਾ ਇੱਥੇ ਆ ਕੇ, ਨਾ ਵੀ ਘਰ ਦੀ ਗਰੀਬੀ ਇੱਦਾਂ ਨਹੀਂ ਕੱਢ ਹੋਣੀ ਵੀਰੇ, ਇੰਡੀਆ ਰਹਿ ਕੇ ਕੰਮ ਕਰ ਲਓ ਜਾਂ ਉੱਦਾਂ ਵਧੀਆ ਕਿਤੇ ਚੰਗੀ ਤਰ੍ਹਾਂ ਕੰਮ ਕਰ ਲਓ, ਇੱਥੇ ਡਾਕਟਰ ਕੇਅਰ ਨਹੀਂ ਕਰਦੇ ਵੀਰੇ, ਕੇਅਰ ਨਹੀਂ ਕਰਦਾ ਕੋਈ ਨਹੀਂ ਕੇਅਰ ਕਰਦਾ, ਪਲੀਜ਼ ਮੇਰੀ ਵੀਡੀਓ ਜਿੱਥੇ ਤੱਕ ਪਹੁੰਚਦੀ ਪਜਾ ਦਿਓ ਮੇਰੇ ਵੀਰ, ਜੋ ਮਿੰਟ ਤੋਂ ਇੰਡੀਆ 'ਚ ਮੇਰੇ ਤੋਂ ਗਲਤੀਆਂ ਹੋਈਆਂ ਮੈਂ ਉਹ ਗਲਤੀਆਂ ਆਪਣੀਆਂ ਸਾਰੀਆਂ ਮੰਨਦਾ, ਪਰ ਹੁਣ ਔਖੇ ਟਾਈਮ 'ਚ ਮੇਰੇ ਨਾਲ ਖੜ ਜਾਓ ਯਾਰ, ਖੜ ਜਾਓ ਮੇਰੇ ਨਾਲ।